ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸ਼੍ਰੀ ਅਮਰਨਾਥ ਭੱਲਾ ਉਹਨਾਂ ਨੇ ਆਪਣਾ ਸਮੁੱਚਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲਣਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਸ਼੍ਰੀ ਅਮਰਨਾਥ ਭੱਲਾ ਹੋਣਾ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਨਵ ਦੁਰਗਾ ਮੰਦਿਰ ਸਰਾਭਾ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਇਆ ਅਤੇ ਸਭ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਸ਼ੋਕ ਸੰਤਪਤ
ਖੁਦ ਮਾਂ ਜੀ ਸ਼੍ਰੀਮਤੀ ਰਾਜ ਭੱਲਾ ਜੀ, ਬੜੇ ਸਪੁੱਤਰ ਸ਼੍ਰੀ ਵੇਦ ਵਰਤ ਭੱਲਾ ਜੀ, ਵਿਨੋਦ ਭੱਲਾ ਜੀ, ਅਜੇ ਭੱਲਾ ਜੀ, ਤਿੰਨੋਂ ਪੁੱਤਰੋਂ ਨੇ ਪੁੱਤਰ ਵਧੂ ਸ਼ਸ਼ੀ ਜੀ, ਕਿਰਨ ਜੀ, ਸੰਗੀਤਾ ਜੀ ਅਣਥੱਕ ਸੇਵਾ ਦੀ, ਪਰਿਵਾਰ ਬਹੁਤ ਬੜਭਾਗੀ ਹੈ ਜਿਨਕੋ ਵਹ ਪਰਮ ਪਿਤਾ ਪਰਮਾਤਮਾ ਬਜ਼ੁਰਗੋਂ ਕੀ ਸੇਵਾ ਨਸੀਬ ਮੇਂ ਦੇਤੇ ਹੈ। ਬਹੁਤ ਬੜਭਾਗੀ ਹੈ, ਯਹ ਸੇਵਾ ਸਭੇ ਭਾਗੀ ਮੇਂ ਨਹੀਂ ਹੋਤੀ। ਪੌਤਰ ਵਧੂ ਮਾਨਿਆ ਕਸ਼ਿਕ ਔਰ ਪ੍ਰਥਮ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੰਸ਼ਜ ਸੰਤ ਨਰਕੇਵਲ ਵੇਦ ਜੀ ਮਹਾਰਾਜ ਦੀ ਪੌਤਰੀ ਸੈਨਾ, ਇਹ ਇਸ ਪਰਿਵਾਰ ਦਾ ਹਿੱਸਾ ਬਣੀ ਹੈ। ਇਹ ਸੇਵਾ ਦਾ ਸੌਭਾਗਿਆ ਇਨ ਬੇਟੀਆਂ ਕੋ ਪ੍ਰਾਪਤ ਹੋਇਆ ਹੈ। ਪੌਤਰ ਅਮਿਤ, ਸੁਮਿਤ, ਪੰਕਜ ਫਿਰ ਆ ਗਏ, ਬਹੁਤ ਪੋਤਰੀਆਂ ਔਰ ਪੋਤਰੇ ਜਿਉਂਦੀ ਰੀਤੀ ਆਸ਼ੀਸ਼ ਅਗਰਵਾਲ ਜੀ, ਰਮਤਾ ਸਿੱਕਾ ਜੀ, ਹਰਾ ਭਰਾ ਪਰਿਵਾਰ। ਪਰੰਤੂ ਵਿਸ਼ੇਸ਼ਤਾ ਇਹ ਸਾਰਾ ਪਰਿਵਾਰ ਜੁਟਾ ਹੋਇਆ ਹੈ, ਵਿਨਮਰਤਾ ਹੈ, ਸੇਵਾ ਪਰ ਹਿਤ ਪ੍ਰਕਾਰ ਦਾ ਜੀਵਨ ਸਮੁੰਦਰ ਹੈ। ਅਮਰਨਾਥ ਜੀ ਚਲੇ ਗਏ ਪਰ ਗਏ ਤਾਂ ਕਹੀ ਨੇ, ਦੁਨੀਆ ਤੋਂ ਇੱਕ ਹੀ ਹੈ, ਇਸੀ ਦੁਨੀਆ ਮੇ ਹੈ। ਜੈਸੇ ਇਧਰ ਕਾ ਬੂਟਾ ਫੁੱਟ ਕਰਕੇ ਮਾਲੀ ਕੋਈ ਦੂਸਰੇ ਕੋਨੇ ਮੇਂ ਲਗਾ ਦੇਤਾ ਹੈ, ਉਧਰ ਕਾ ਕੋਈ ਬੂਟਾ ਉਖਾੜ ਕਰਕੇ ਇਧਰ ਵਾਲੇ ਕੋਨੇ ਮੇਂ ਲਗਾ ਦੇਤਾ ਹੈ। ਐਸੇ ਹੀ ਸਾਰੇ ਸੰਸਾਰ ਕਾ ਇੱਕ ਮਾਲੀ ਹੈ ਔਰ ਉਹ ਫੁੱਲੋਂ ਕੋ ਖਿਲਾਤਾ ਹੈ, ਪੇੜ ਪੌਦੋਂ ਕੋ ਉਗਾਤਾ ਹੈ ਔਰ ਇਸ ਦੁਨੀਆ ਕੋ ਚਲਾਤਾ ਹੈ। ਇਸ ਸੰਸਾਰ ਮੇਂ ਜਬ ਵੀ ਮਨੁਸ਼ ਆਤਾ ਹੈ ਆਪਣੇ ਸਾਥ ਦੋ ਚੀਜ਼ਾਂ ਲੈ ਕਰਕੇ ਆਤਾ ਹੈ ਔਰ ਜਬ ਜਾਤਾ ਹੈ ਤੋ ਦੋ ਚੀਜ਼ਾਂ ਲੈ ਕਰਕੇ ਹੀ ਵਹਾਂ ਸੇ ਜਾਤਾ ਹੈ, ਸੁੱਖ ਔਰ ਦੁੱਖ ਲੈ ਕਰਕੇ ਆਤਾ ਹੈ, ਪਾਪ ਔਰ ਪੁੰਨਿਆ ਲੈ ਕਰਕੇ ਜਾਤਾ ਹੈ। ਦੁਨੀਆ ਮੇਂ ਜਾਤੇ ਸਮੇਂ ਹਾਥ ਕੋ ਖਾਲੀ ਹੋਤੇ ਹੈ ਪਰ ਐਸਾ ਨਹੀਂ ਹੈ ਕਿ ਉਹ ਬਿਲਕੁਲ ਹੀ ਖਾਲੀ ਜਾ ਰਿਹਾ ਹੈ, ਪਾਪ ਔਰ ਪੁੰਨਿਆ ਕੀ ਪੂੰਜੀ ਸਾਥ ਮੇਂ ਜਾਤੀ ਹੈ ਔਰ ਜਬ ਆਤਮਾ ਸਰੀਰ ਸੇ ਨਿਕਲਦਾ ਹੈ ਤੋ ਜੈਸੇ ਆਪਣੇ ਘਾਸ ਤੇ ਚਲਤਾ ਹੋਇਆ ਇੱਕ ਕੀੜਾ ਦੇਖਾ ਹੋਗਾ, ਉਸਕੇ ਪਿਛਲੇ ਪਾਂਵ ਤਬ ਉੱਠਤੇ ਹੈ ਜਬ ਆਗੇ ਵਾਲੇ ਪਾਂਵ ਟਿਕ ਜਾਤੇ ਹੈ। ਮਨੁਸ਼ ਵੀ ਆਪਣਾ ਪਿਛਲਾ ਪਾਂਵ ਤਭੀ ਉਠਾਤਾ ਹੈ ਜਬ ਉਸਕਾ ਆਗੇ ਵਾਲਾ ਪਾਂਵ ਟਿਕ ਜਾਤਾ ਹੈ। ਐਸੇ ਜੀਵਾਤਮਾ ਸਰੀਰ ਸੇ ਨਿਕਲਨੇ ਕੇ ਬਾਅਦ ਪਰਮ ਪਿਤਾ ਪਰਮੇਸ਼ਵਰ ਕੀ ਇਹ ਵਿਵਸਥਾ ਹੈ ਕਿ ਉਹ ਅਗਲਾ ਸਭ ਕੁਛ ਉਸਕਾ ਨਿਸ਼ਚਿਤ ਰੱਖਦਾ ਹੈ ਔਰ ਪਿਛਲਾ ਪਾਂਵ ਉੱਠਦੇ ਹੀ ਉਹ ਆਗੇ ਸਥਿਰ ਹੋ ਜਾਤਾ ਹੈ। ਜਾ ਕਰਕੇ ਬਲਾ ਪਰਿਵਾਰ ਪਰਮ ਪਿਤਾ ਪਰਮੇਸ਼ਵਰ ਕਾ ਆਸ਼ੀਰਵਾਦ ਹੈ, ਐਸੇ ਪਰਿਵਾਰ ਆਦਰਸ਼ ਸਮਾਜ ਮੇਂ ਹੋਤੇ ਹੈ। ਵੇਦਵਰਤ ਜੀ
मातृ पितृ गुरु और प्रभु भक्त हैं। महर्षि दयानंद जी महाराज ने सत्यार्थ प्रकाश में एक वाक्य कहा है, प्रभु भक्त वही हो सकता है जो अपने गुरु का भी भक्त हो, और गुरु भक्त वही हो सकता है जो माता पिता का भक्त हो। ये पांच भौतिक दूसरी है, पृथ्वी जल तेज वायु आकाश, ये तब तक अपने कारणों में तब तक में अपने में विलीन होता है। पृथ्वी तत्व पृथ्वी में जाता है, तेज तत्व तेज में जाता है, और आकाश तत्व आकाश में जाता है। इसकी तन्मात्राएं जो है वो वासनात्मक होकर के वासना में जीव शरीर धारण करता है वासना का, और फिर वो नाना प्रकार की योनियों में भटकता है। अगर उसके मिश्रित कर्म है पाप और पुण्य बराबर, तो मनुष्य की ओर पहुंचता है, गर्भ पहुंचता है, गर्भ वासना के अनुसार पहुंचता है। अमृत पीने वाला जीव अमृत पीने वाली माँ का गर्भ पहुंचता है, अन्न खाने वाला जीव अन्न खाने वाली माँ के कोख को पहुंचता है, और जो न खाने पीने वाली चीज है तो वासना वाला जीव न खाने पीने वाले को खोजता है। शरीर को छोड़ने से जो शरीर छोटे जीव छोड़ता, उससे पहले उसका शरीर कहीं कहीं बना हुआ होता है। उस शरीर जब तक नहीं बनेगा तब तक शरीर से जीव जाएगा नहीं, इसलिए तो पहले शरीर बना तब जीव इस शरीर को छोड़ता है, कि पहले जीव शरीर छोड़े फिर जाकर के शरीर बनता है। उसी तरह से किस देश में और किस क्षेत्र में और किस योनि में जाएंगे, ये तीन चीज केवल ईश्वर के हाथ में, बाकी चौथी चीज कोई ईश्वर के हाथ में नहीं, हमारे पुरुषार्थ में है। अयम मे हस्त इंद्र, ये मेरा हाथ इंद्र है, ये शक्तिशाली है, बलवान है, मैं इसे सब कुछ कर सकता हूं। इसलिए व्यक्ति पुरुष, पुरुष शब्द का अर्थ क्या है, पुरुष और स्त्री, तो पुरुष कहते किसको है, क्या कोई लिंग विशेष है, कोई अवस्था विशेष है, कि कोई कार्य विशेष है, तो उसको पुरुष कहते हैं। पुरुष शब्द का अर्थ है पुरुषार्थ अर्धेति पुरुषार्थ, यानी जो पुरुषार्थों को प्रबल पुरुषार्थों को परम कर्तव्य को करके इस लोक के कार्य करके परलोक के सिद्धांत को जो स्थापित कर दे उस कर्म को पुरुष होता है। अमरनाथ भल्ला जी का जन्म 1924 होया सीगा, ते पिछले महीने की 25 तरीक नूं उह सानूं छड के चले गए ने। अज उन्हां दी रस्म पगड़ी ते उठाला हैगा है, ते मेरे दादा जी की उम्र 94 सीगी, ते तीन उन्हां दे बेटे सीगे, मेरे पापा श्री वेदवत भल्ला जी, मेरे चाचा जी श्री विनोद भल्ला जी, ते मेरे छोटे चाचा जी श्री अजय भल्ला जी। ते उह इक हसदा खेलदा परिवार छड के गए ने, वो एक बड़े ही ईमानदार व्यक्ति सीगे, उन्होंने पूरी जिंदगी अपने मतलब आर्या समाज के लिए बहुत काम किए ने। तो उन्होंने 1982 रेलवे रिटायर हुए सीगे, उन्होंने अपने तीनों मुंडियां बहुत वधिया तरीके नाल सैट किया। मेरे फादर साहब नूं उन्होंने सीए कराई, मेरे चाचा जी नूं उन्होंने सैट किया तो बैंक में लगवाया, तो मेरे छोटे चाचा जी नूं MBA करके कारोबार शुरू करवाया। तो उन्होंने साढ़े सब नूं एक रस्ता दिखाया सीगा, जिस रस्ते चलन की अज आप कोशिश कर रहे हैं।
ਅਤੇ ਜਿਹੜੇ ਲੋਕ ਵੀ ਅੱਜ ਆਏ ਨੇ ਅਤੇ ਦੁੱਖ ਦੀ ਘੜੀ ਵੀ ਸਾਡੇ ਨਾਲ ਖੜ੍ਹੇ ਹੋਏ ਨੇ, ਆਪਾਂ ਉਹਨਾਂ ਸਭ ਦਾ ਧੰਨਵਾਦ ਕਰਦੇ ਹਾਂ।